ਨਾ ਪੜਿਓ ਕੋਈ ਹੋਰ ਗੱਲਾਂ, ਦੀਵਾਨ ਸੱਜ ਗਿਆ, ਅਖੰਡ ਪਾਠ ਹੈ, ਨਹੀਂ ਸਰ ਨਹੀਂ ਤਿਹਾਵਰ। ਅੱਛਾ ਤੁਸੀਂ ਹੋਰ ਮਿਠਾਸ ਹੀ ਵੰਡ ਦਿਓ, ਆ ਥੋੜੀਆਂ ਬਰਫੀਆਂ ਲੱਡੂ ਪੇੜੇ ਨੇ ਨਾ ਉਹ। ਬਾਬਾ ਜੀ ਕਹਿੰਦੇ ਸੰਤ ਅਰਜਨ ਸਿੰਘ ਜੀ ਨੇ ਗੁੜੇ ਵਰਤਾ ਦੇਣਾ, ਲਿਆਓ ਕਾਕਾ ਬਾਲਕ ਆਪਦੀ ਮਾਂ ਤੋਂ ਗੁੜੇ ਲਿਆ, ਸਕਰੇ ਲਿਆ, ਜੇ ਨਹੀਂ ਇਹ ਵੀ ਤਾਂ ਇੱਕ ਪ੍ਰਸ਼ਾਦਾ ਹੀ ਫੜ ਲਿਆ ਮੰਨੀ, ਉਹੀ ਥੋੜ੍ਹਾ ਥੋੜ੍ਹਾ ਵਰਤਾ ਕੇ ਬਾਬੇ ਰੋਈਆਂ ਨੂੰ ਚੜ੍ਹ ਜਾਣਾ ਕਿੱਥੇ, ਬਾਬਾ ਰੰਗੀ ਰਾਮ ਬਾਬਾ ਬੀਰਮਦਾਸ ਜੀ ਦੇ ਕੋਲ ਜਾ ਰਹੇ ਨਾ। ਅੱਜ ਉਹ ਸੰਤਾਂ ਨੂੰ ਕੋਈ ਨਹੀਂ ਰੋਂਦਾ, ਨਹੀਂ ਤਾਂ ਕਬੀਰ ਜੀ ਨੇ ਕਿਹਾ ਕਬੀਰ ਸੰਤ ਮੂਹੇ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਉਹਨਾਂ ਦੀ ਜਿਹੜੀ ਜ਼ਮੀਨ ਹੈ ਉਹਦੇ ਪਿੱਛੇ ਝਗੜੇ ਹੋ ਰਹੇ ਨੇ, ਅੱਜ ਵਸਤੂ ਪਿੱਛੇ ਅਸੀਂ ਲੜ ਮੜ ਰਹੇ ਹਾਂ। ਲਓ ਜਿਹੜੇ ਨਾਮ ਦੇ ਵਪਾਰੀ ਨੇ ਸੰਤ ਅਰਜਨ ਸਿੰਘ ਸੋਢੀ ਸਾਹਿਬ, ਹੁਣ ਇਹ ਰੋੜੇਵਾਲ ਪੁਲ ਦੇ ਨਾਲ ਜਿਹੜਾ ਪੀਰ ਖਾਨਾ ਹੈ ਉੱਥੇ ਪੰਜ ਬਰੋਟੇ ਇੱਥੇ ਬੈਠੇ ਨੇ ਭਾਈ ਜੀ ਦੇ ਸਿੰਪਲੀ ਵਾਲੇ ਵੀ, ਇਹਨਾਂ ਦੇ ਨਾਨਕੇ ਕੋਲ ਨੇ, ਇਹਨਾਂ ਨੂੰ ਮੈਂ ਯਾਦ ਜ਼ਰੂਰ ਕਰਦਾ ਜੋੜ ਮੇਲੇ 'ਚ, ਪਰ ਅਫਸੋਸ ਕਿ ਇਹਨਾਂ ਦੇ ਇੱਕ ਨਹੀਂ ਲੱਗਦੀ ਹੈਗੀ, ਤੇਰੇ ਇੱਕ ਨਾ ਲੱਗੇ ਹੋਏ ਮਨਾ ਮੂਰਖਾ। ਉਹ ਵੇਲਾ ਹੀ ਸੀ ਜਦ ਬਾਬਾ ਪੂਰਨਦਾਸ ਬਿਨਾਂ ਸਰਦਾ ਨਹੀਂ ਸੀ, ਹੁਣ ਸਿਉੜੇ ਵਾਲੇ ਤਾਂ ਕੋਈ ਕੰਮ ਨਹੀਂ ਹੋਣਾ, ਰੋੜੇ ਵਾਲੇ ਤਾਂ ਕੋਈ ਕੰਮ ਨਹੀਂ, ਨਾਨਕੀ ਕੋਈ ਕੰਮ ਨਹੀਂ ਹੋਣਾ। ਮੈਂ ਕਈ ਦਫਾ ਬੋਲਦਾ ਪਰ ਇਹਦੇ ਇਹ ਐਡਾ ਢੀਠ ਬਸ਼ਰਮ ਹੋਇਆ, ਕਹਿੰਦਾ ਮਾਰੀ ਜਾਓ ਜਿਹੜੀਆਂ ਮਾਰਨੀਆਂ ਨੇ, ਉਹ ਤੇਰੇ ਇੰਨੀਆਂ ਪੈਂਦੀਆਂ ਨੇ, ਕਹਿੰਦਾ ਕਾਹਨੂੰ ਪੈਂਦੀਆਂ ਨੇ, ਮੌਜੇ ਹੀ ਪੈਂਦੇ ਨੇ, ਮੌਜਾਂ ਪੈਂਦੀਆਂ ਨੇ, ਕਹਿੰਦੀ ਮੌਜੇ ਪੈਂਦੇ ਨੇ, ਪਰ ਉਹ ਧਰਤੀ ਵਾਹ ਵਾਹ ਵਾਹ। ਆ ਸਪੀਕਰ ਵਾਲੇ ਨੇ ਵੀ ਭਮਾਰਸੀ ਦੀ ਗੱਲ ਹੈ, ਦੋ ਤਿੰਨ ਹੋਰ ਵੀ ਥਾਂ ਜਾਂਦੇ ਹਾਂ ਨਾ ਬਾਹਰ, ਉਹ ਸਪੀਕਰ ਖਰਾਬ ਕਰ ਗਿਆ, ਇੱਕ ਹੋਰ ਕਰਾ ਗਿਆ, ਕਹਿੰਦਾ ਕਰ ਲੈ ਬਾਬਾ ਪੂਰਨਦਾਸ ਦੇ ਚੇਲਿਆਂ ਦੇ ਜਥੇ ਨੇ ਕੀਰਤਨ ਕਰਨਾ, ਜੇ ਆ ਗਏ ਆਪਣਾ ਤਾਂ ਮੂੜਾ ਮੜਿਆ ਜਾ, ਮੁੜ ਕੇ ਹੀ ਨਹੀਂ ਬੁਲਾਉਣਾ ਕਿਸੇ ਨੇ। ਕਈ ਤਾਂ ਇੱਕੋ ਹੀ ਆ, ਹੁਣ ਦੋ ਦਫਾ ਇਹਦਾ ਖੜਕਾ ਹੋ ਚੁੱਕਿਆ, ਮੈਂ ਫਿਰ ਵੀ ਉੱਚਾ ਉੱਥੇ ਹੀ ਬੋਲੀ ਜਾਂਦਾ, ਵਾਹ ਬਈ ਵਾਹ। ਪਹਿਲੀ ਧਾਰਨਾ ਹੀ ਭੁੱਲ ਗਿਆ ਮੈਂ ਤੁਹਾਡੇ ਆ ਪ੍ਰੇਮ ਦੇ ਵਿੱਚ। ਉਹ ਮਹਿਮਾ ਸੰਤਾਂ ਦੀ ਵੇਦ ਨੀ ਜਾਣ, ਮਹਿਮਾ ਸੰਤਾਂ ਦੀ ਵੇਦ ਨੀ ਜਾਣ, ਸਾਧੂ ਦੀ ਮਹਿਮਾ ਬਾਏ। ਬਾਬਾ ਜੀ ਸੰਤ ਅਰਜਨ ਸਿੰਘ ਸੋਢੀ ਸਾਹਿਬ
ਬਾਬਾ ਜੀ ਨੇ ਅੱਜ ਕਥਾ ਇਹ ਸਾਲ ਬਾਅਦ ਸਮਾਂ ਮਿਲਦਾ ਹਰ ਥਾਂ 'ਤੇ ਇਹ ਵੀ ਨਹੀਂ ਵਰਤੀ ਜਾਂਦੀ ਕਿਉਂ ਸਟੇਜਾਂ ਦੇਖੀਦੀਆਂ ਨੇ ਸਮਾਂ ਦੇਖੀਦਾ ਕਿਹੜੇ ਪ੍ਰੋਗਰਾਮ 'ਤੇ ਗਏ ਕਿੱਥੇ ਗਏ ਕਿਵੇਂ ਬੋਲਣੇ ਰੁਮਾਲ ਹੁੰਦਾ ਬਾਬਾ ਜੀ ਦੇ ਕੋਲ ਸੰਤ ਰੰਗੀ ਰਾਮ ਕੋਲ ਗਊਆਂ ਦੇ ਬਾਰੇ ਵੀ ਮੈਂ ਲਿਖਿਆ ਬਾਬਾ ਜੀ ਨੇ ਬੀਨ ਦਾ ਲਹਿਰਾ ਬਜਾ ਮੈਂ ਕਮਾਈਆਂ ਦੀ ਇੱਕ ਗੱਲ ਕਰਦਾ ਸੀ ਐਸੇ ਸਾਧੂ ਦੇ ਹੋਰ ਉਦਾਸੀਨ ਡੇਰਿਆਂ ਵਿੱਚ ਵੀ ਦੇਖਿਆ ਸਿੱਖ ਧਰਮ ਵਿੱਚ 2-4 ਸਿੱਖ ਮਿਲੇ ਨੇ ਮੈਨੂੰ ਸਿਰਫ ਕਾਹਦੇ ਵਾਸਤੇ ਜਿਨ੍ਹਾਂ ਨੇ 5 ਗ੍ਰੰਥੀ ਦਾ ਪਾਠ ਕਰਕੇ ਫਿਰ ਜਲ ਪਾਣੀ ਭੋਜਨ ਕਰਨਾ ਹੈ ਕੋਈ ਅੱਜ ਇੰਨੀ ਕਮਾਈ ਹੈ ਕਿਸੇ ਦੀ ਫਿਰ ਸੁਖਮਨੀ ਸਾਹਿਬ ਕੰਠ ਹੈ 5 ਬਾਣੀਆਂ ਕੰਠ ਨੇ ਆਸਾ ਦੀ ਵਾਰ ਕੰਠ ਹੈ ਰਹਿ ਰਾਸ ਹੈ ਕੀਰਤਨ ਸੋਲਾ ਹੋਰ ਕਿਤਨੀ ਵੀ ਬਾਣੀ ਕੰਠ ਕਰੋ ਗੱਜ ਕੇ ਬੋਲੋ ਬਾਬਾ ਵੀਰ ਮਦਾਸ ਉਹਨਾਂ ਦੇ ਤਾਂ ਰੋਮ ਰੋਮ 'ਚੋਂ ਹੀ ਬਾਣੀ ਦਾ ਆਨੰਦ ਅਖੰਡ ਆਨੰਦ ਵਰਤ ਦਈ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੇ ਕੰਠ ਹੋਵੇ ਇੱਕ ਹੋਰ ਸਾਡੇ ਇੱਥੇ ਮੈਂ ਸਾਡੇ ਜਥੇਦਾਰ ਬਲਵੀਰ ਸਿੰਘ ਦੇ ਨਗਰ ਉਹ ਸਾਡੇ ਨਾਲ 5-7 ਸਾਧੂ ਮੇਰੇ ਨਾਲ ਰਹਿੰਦੇ ਹੁੰਦੇ ਸਾਰੇ ਹੀ ਸੱਚਖੰਡ ਚਲੇ ਗਏ ਇੱਕ ਤੁਹਾਡੇ ਇਲਾਕੇ ਇੱਧਰ ਬਾਸਮ ਕੜਾਮਾਂ ਦਾ ਬਾਸਮ ਉਹ ਸੱਜਣ ਸਾਧੂ ਉਹਦੇ ਸਾਰੇ ਗੁਰੂ ਗ੍ਰੰਥ ਸਾਹਿਬ ਕੰਠ ਸੀ ਉਦਾਸੀ ਹੋਵੇ ਸਾਰੇ ਗੁਰੂ ਗ੍ਰੰਥ ਸਾਹਿਬ ਕੰਠ ਉਹਨੇ ਉਹ ਜਥੇਦਾਰ ਅਨੂਪ ਸਿੰਘ ਤੂੰ ਵੀ ਜਕਾਰਾ ਗਜਾ ਦੇ ਜਲਦੀ ਅਤੇ ਜਲਦੀ ਤੂੰ ਵੀ ਰਾਜੀ ਹੋ ਜਾਏਗਾ ਬਾਹਰ ਬੈਠਾ ਆ ਵਿੱਚੀ ਨੱਕਾ ਹੋ ਰਹੇ ਛੱਡ ਦੇ ਜੀ ਦਾ ਵੀ ਤੂੰ ਵੀ ਰਾਜੀ ਹੋ ਜਾਏਗਾ ਜਕਾਰੇ ਨਾਲ ਕਿਹੜਾ ਰਾਜੀ ਨਹੀਂ ਹੋਊਗਾ ਜਾਂ ਨਿਹਾਲ ਅਗਲੀ ਗੱਲ ਨਹੀਂ ਬੀਬੀ ਉਹ ਕਹੀ ਤੁਸੀਂ ਬੋਲੇ ਸੋ ਨਿਹਾਲ ਤਾਂ ਕਹਿਤਾ ਉੱਧਰ ਵੀ 21 ਮਿੰਟ ਹੋ ਗਏ ਅੱਗੇ ਰਲ ਮਿਲ ਪੈ ਗਏ 21 ਇੱਕ ਨੇ 1 ਪਾਤਾ ਇੱਕ ਨੇ 20 ਪਾਤੇ ਰਲ ਮਿਲ ਪਾਤੇ ਭਾਈ ਆਪਾਂ 21 ਕਮਾਲ ਦੀ ਗੱਲ ਹੈ ਐਂ ਹੈ ਅੱਜ ਤਾਕਤ ਕਿਸੇ ਕੋਲ ਐਂ ਇਕੱਠੇ ਕਰੀ ਜਾਣੇ ਰੁਮਾਲ ਗਊਆਂ ਨੇ ਕੋਲ ਆਈ ਜਾਣੇ ਆ ਗਈਆਂ ਜਦ ਖੋਲਣ ਲੱਗ ਜਾਣਾ ਰੁਮਾਲ ਗਊਆਂ ਨੇ ਦੁਰੇਡੇ ਚੁਗਣ ਚਲੀਆਂ ਜਾਣਾ ਰੜਾ ਮੈਦਾਨ ਵੀ ਦੇਖਿਆ ਪਹਿਲੇ ਬਣੀ ਵੀ ਦੇਖੀ ਚੋਏ ਤੱਕ ਦੀ ਦੇਖੀ ਐਂ ਮਨ ਨੇ ਸੋਚਣਾ ਇੱਥੇ ਤਾਂ ਜ਼ਿੰਦਗੀ 'ਚ ਲੱਕੜੀ ਹੋਈ ਨਹੀਂ ਮੁੱਕਣੀ ਆ ਹੁਣ ਉੱਥੇ ਦੇਖੋ ਜਿੱਥੇ ਐਡੇ ਐਡੇ ਰੱਬ ਰੂਪ ਸਾਧੂਆਂ ਦੇ ਰੱਬ ਵਰਗੇ ਸਾਧੂਆਂ ਦੇ ਚਰਨ ਪੈਣੇ ਸਮਾਧੀਆਂ ਲੱਗਣੀਆਂ ਅੱਜ ਸੋਨੇ ਦੀ ਧਰਤੀ ਉਹ ਬਣੀ ਪਈ ਹੈ ਬਾਬਾ ਜੀ ਨੇ ਰਾਮ ਰਾਮ ਹਰੇ ਰਾਮ ਇਹੀ ਬਾਬਾ ਪੂਰਨ ਦਾਸ ਜੀ ਨੂੰ ਨਾਮ ਬਖਸ਼ਿਆ ਸੀ ਅੱਛਾ ਸੰਤ ਰੰਗੀ ਰਾਮ ਇਕੱਠਾ ਕਰਦੇ ਨੇ ਗਊਆਂ ਨੇੜੇ ਖੋਲੀ ਜਾਂਦੇ ਨੇ ਰੁਮਾਲ ਚਰਦੀਆਂ ਨੇ ਬੈਂ ਵਾਲੇ ਸਰਦਾਰਾਂ ਦੀ ਕਥਾ ਆਪਣੇ ਸੁਣੀ ਹੈ ਮੈਂ ਦੁਬਾਰੇ ਫਿਰ ਸੁਣਾਉਣਾ ਕੋਈ ਕਿਸੇ ਦੇ ਹਿਰਦੇ 'ਚ ਤਾਂ ਵੱਸ ਜਾਵੇ ਉਹ ਕਹਿਣ ਬਾਬਾ ਜੀ ਨਾਲ ਕਿਉਂ ਟਾਈਮ ਕਾਫੀ ਲੰਘ ਗਿਆ ਸੁੱਖ ਨਾ ਪੈਣ ਮੁਗਧ ਨਾਲ ਸੰਤ ਨਾਲ ਖਾਂਦੇ ਅਤੇ ਬੋਲਣਾ ਸੀ ਉਹ ਸੁੱਖ ਕਦੇ ਨਾ ਪਾਉਂਦੇ ਜੀ
ਕੌਣ ਨਹੀਂ ਪਾਉਂਦੇ ਸੁਖ? ਜਿਹੜੇ ਸੰਤਾਂ ਦੇ ਨਾਲ ਕਹਿਣ ਦੇ ਖਹਿੰਦੇ ਨੇ ਉਹ ਕਦੇ ਨਹੀਂ ਸੁਖ ਪਾਉਂਦੇ, ਸੁਖ ਕਦੇ ਨਾ ਪਾਉਂਦੇ ਜੀ ਸੰਤ ਜੋ ਨਰ ਸੰਤਾਂ ਦੇ ਨਾਲ ਕਹਿੰਦੇ ਸੁਖ ਕਦੇ ਨਾ ਪਾਉਂਦੇ ਜੀ ਸੰਤ ਮੁਗਧ ਨਰ ਮੂਰਖ ਲੋਕ ਮੁਗਧ ਨਰ ਭਗਤ ਵਿਚਾਰੈ ਸਤਿਗੁਰ ਜਨਾ ਚਾਰ ਵੇਦ ਕਹਨ ਓ ਸੁਖ ਨਾ ਪਾਇਨ ਲੋਚਣ ਉਹ ਨਾ ਗੁਣਾਂ ਨੂੰ ਅਹੰਕਾਰ ਓਏ ਵਿਚਾਰੇ ਕਿਆ ਭਾਗ ਤੁਰ ਪੇੜ ਮੁੰਡਾ ਮੂੰਹ ਕੱਟਿਆ ਤਿਸ ਡਾਲ ਸੁੱਖਾਂ ਦੇ ਨਾ ਪਾਉਂਦੇ ਸਮੇਂ ਕਰਕੇ ਮੈਂ ਸੰਕੋਚ ਕਰਦਾ ਸੀ, ਪਰ ਬਾਬਾ ਜੀ ਦੀ ਸਾਖੀ ਜ਼ਰੂਰ ਮੇਰੇ ਮਨ ਵਿੱਚ ਆਈ। ਟਾਈਮ 5 ਮਿੰਟ ਹੋਰ ਰਹਿ ਗਿਆ, ਗੱਜ ਕੇ ਬੋਲੋ ਸਤਿਗੁਰੂ।